ਪਟਿਆਲਾ ਜ਼ਿਲ੍ਹੇ ਦੇ ਜਿਹੜੇ ਕਾਂਗਰਸ ਦੇ ਵਿਧਾਇਕ ਹੈ ਉਹਨਾਂ ਨੇ ਦੋ ਤਿੰਨ ਦਿਨ ਪਹਿਲਾਂ ਪਟਿਆਲੇ ਵਿੱਚ ਗੁਰਸ ਦੀ ਮੀਟਿੰਗ ਦੇ ਦੌਰਾਨ ਆਪਣੇ ਹਲਕੇ ਦੇ ਵਿੱਚ ਜਿਹੜੇ ਉਹਨਾਂ ਕੇ ਫੋਨ ਟਾਈਪਿੰਗ ਪੁਲਿਸ ਅਧਿਕਾਰੀ ਕਰ ਰਹੇ ਹਨ ਔਰ ਅਫਸਰਸਾਈ ਕੰਮ ਨਹੀਂ ਕਰ ਰਹੇ ਉਸ ਦੇ ਪ੍ਰਾਸ ਨਿਕਾਲੀ ਔਰ ਅੱਜ ਇਸ ਦੇ ਬਾਰੇ ਵਿੱਚ ਖੁਲਾਸਾ ਸਮਾਨਤਾ ਵਿਧਾਇਕ ਰੇਂਦਰ ਸਿੰਘ ਨੇ ਕੀਤਾ ਅਤੇ ਉਹਨਾਂ ਨੇ ਕਿਹਾ ਜਿਨ ਪੁਲਿਸ ਅਧਿਕਾਰੀਆਂ ਨੇ ਫੌਨ ਟੈਪ ਕੀਤੇ ਹਨ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਲਈ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾਵੇਗਾ ਔਰ ਇਹ ਮਸਲਾ ਮੈਂ ਵਿਧਾਨ ਸਭਾ 'ਚ ਵੀ ਉਠਾਵਾਂਗਾ ਤਾਂ ਕਿ ਐਸੇ ਅਫਸਰਾਂ ਕੀ ਨੱਥ ਪਾਈ ਜਾਵੇ ਜਿਹੜੇ ਲੋਕਾਂ ਦੇ ਕੰਮ ਨਹੀਂ ਕਰਦੇ ਕਾਂਗਰਸ ਵਰਕਰਾਂ ਦੇ ਕੰਮ ਨਹੀਂ ਕਰ ਰਹੇ ਇਸ ਲਈ ਇਸ ਤਰ੍ਹਾਂ ਅਫਸਰਾਂ ਦੀ ਨੱਥ ਪਾਣੀ ਬਹੁਤ ਜ਼ਰੂਰੀ ਹੈ ਆ ਪਿੱਛੇ ਤੁਹਾਨੂੰ ਪਤਾ ਜੀ ਗ੍ਰਿਵੈਂਸਸ ਕਮੇਟੀ ਦੀ ਮੀਟਿੰਗ ਸੀ ਸਾਧ ਸਿੰਘ ਧਰਮਸੂਰ ਜੀ ਤੇ ਇਹਦੇ ਉਹਨਾਂ ਚੇਅਰਮੈਨ ਨੇ ਜਿਹਦੇ ਸਾਰੇ ਸਾਡੇ ਜ਼ਿਲ੍ਹਾ ਪਟਿਆਲਾ ਦੇ ਐਮਐਲਏ ਸਹਿਬ ਸਹਿਬਾਨ ਉੱਥੇ ਗਏ ਆ ਅਲੱਗ-ਅਲੱਗ ਹਲਕਿਆਂ ਦੇ ਅਲੱਗ-ਅਲੱਗ ਮਸਲੇ ਸੀ ਤੇ ਸਾਰੇ ਐਮਐਲਏ ਸਹਿਬਾਨ ਨੇ ਆਪਣੀਆਂ-ਆਪਣੀਆਂ ਮੁਸ਼ਕਲਾਂ ਉੱਥੇ ਦਸੀਆਂ ਔਰ ਖਾਸ ਕਰਕੇ ਜਿਹੜੀ ਪੁਲਿਸਿੰਗ ਜਿਹੜੀ ਅਫਸਰਸ਼ਾਈ ਹੈ ਉਹਦੇ ਖਿਲਾਫ ਕਾਫੀ ਲੋਕਾਂ ਚ ਰੋਸ ਔਰ ਸਾਡੇ ਐਮਐਲਏ ਸਹਿਬਾਨ ਦੇ ਪ੍ਰਤੀ ਪਾਸ ਜਿਹੜੀਆਂ ਕੰਪਲੇਂਟਸ ਆਈਆਂ ਇਹ ਜ਼ਰੂਰੀ ਹੈ ਉਹ ਇੱਕ ਇਸ ਤਰ੍ਹਾਂ ਦਾ ਪਲੇਟਫਾਰਮ ਹੈ ਜਿਹੜੀਆਂ ਸਾਰੀਆਂ ਗੱਲਾਂ ਅਸੀਂ ਉੱਥੇ ਰੱਖਣੀਆਂ ਹੁੰਦੀਆਂ ਸਭ ਤੋਂ ਵੱਡਾ ਸੀ ਸਾਡੇ ਦੋ ਤਿੰਨ ਮਸਲੇ ਸੀ ਪਿੱਛੇ ਸਦਾ ਹਦਿਆਲ ਸਿੰਘ ਜਿਹੜਾ ਐਮਐਲਏ ਰਾਜਪੁਰਾ ਬਦਨਾਲ ਜੀ ਕਨੌਰ ਸਾਡੇ ਸਤਰਾਣਾ ਦੇ ਐਮਐਲਏ ਸਾਰਿਆਂ ਨੇ ਆਪਣੇ ਆਪਣੇ ਆਖਦੇ ਮੇਰੇ ਮਸਲੇ ਸੀ ਇੱਕ ਬੜਾ ਗੰਭੀਰ ਮਸਲਾ ਸੀ ਸਾਡੇ ਸਮਾਣੇ ਦਾ ਇਨਸਪੈਕਟਰ ਵਿਜੇ ਕੁਮਾਰ ਸਾਡੇ ਸੀਆਈ ਦੇ ਇਨਸਪੈਕਟਰ ਸੀ ਐਸਐਸਪੀ ਨੇ ਲਾਇਆ ਤਾਂ ਜ਼ਰੂਰੀ ਹੈ ਕਿਉਂਕਿ ਜਦੋਂ ਰਾਜਨੀਤੀ ਹੁੰਦੀ ਹੈ ਨਾ ਜੀ ਸਾਰਾ ਪਰਿਵਾਰੀ ਇਲਾਕੇ ਚ ਜਾਂਦਾ ਹੈ ਲੋਕ ਜਦੋਂ ਜਾਣਦੇ ਆ ਲੋਕ ਉਹਨਾਂ ਦੇ ਅੱਗੇ ਮਸਲੇ ਰੱਖਦੇ ਉਹ ਅੱਗੇ ਦੱਸਣੇ ਹੁੰਦੇ ਆ ਹੱਲ ਕਰਾਣੇ ਹੁੰਦੇ ਜਦੋਂ ਨਹੀਂ ਹੱਲ ਹੁੰਦੇ ਤਾਂ ਉਹ ਜ਼ਰੂਰੀ ਹੁੰਦਾ ਹੈ ਵੀ ਇਸ ਪਲੇਟਫਾਰਮ ਤੇ ਤੁਸੀਂ ਗੱਲ ਕਰੋ ਇੱਕ ਬੜੀ ਗੰਭੀਰ ਗੱਲ ਸਾਡੇ ਹਲਕੇ ਸੁਵਾਨੇ ਚ ਹੋਈ ਹੈ ਇਨਸਪੈਕਟਰ ਵਿਜੇ ਕੁਮਾਰ ਅ ਅਨਚਾਰਜ ਸੀਆਈਏ ਸੁਵਾਨਾ ਸੀ ਬੜੇ ਦਨਾ ਤੋਂ ਲੋਕਾਂ ਦੀ ਫੀਡਬੈਕ ਆ ਰਹੀ ਸੀ ਵੀ ਜਿਹੜਾ ਬਿਹੇਵੀਅਰ ਹੈ ਜਿਹੜੀ ਪੁਲਿਸ ਹੈ ਸਾਡੀ ਇੱਕ ਬੜੀ ਡਿਸਪਲਿਨ ਫੋਰਸ ਹੈਗੀ ਹੈ ਬੜਾ ਡਿਸਪਲਿਨ ਚ ਰਹਿ ਕੇ ਲੋਕਾਂ ਪ੍ਰਤੀ ਜਵਾਬ ਦੇ ਹੋ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਤੌਰ ਤਰੀਕਾ ਬੜਾ ਮਲਾਸੀ ਤਾਂ ਮੈਂ ਟੈਲੀਫੋਨ ਕੀਤਾ ਨਹੀਂ ਮਿਲਿਆ ਮੈਂ ਆਪਣੇ ਪੀਏ ਨੂੰ ਕਿਹਾ ਵੀ ਇੰਸਪੈਕਟਰ ਸਾਹਿਬ ਨੂੰ ਘਰ ਬੁਲਾਓ ਤਾਂ ਮੈਂ ਉੱਥੇ ਜਾ ਚੁੱਕਿਆ ਸੀ ਮੇਰੇ ਮਿਸਿਸ ਘਰ ਸੀਗੇ ਤਾਂ ਉਹਨਾਂ ਨੇ ਕਿਹਾ ਵੀ ਇੰਸਪੈਕਟਰ ਸਾਹਿਬ ਐਮਐਲਏ ਸਾਹਿਬ ਚਲੇ ਗਏ ਕਈ ਤੁਹਾਡੇ ਖਿਲਾਫ ਸ਼ਿਕਾਇਤਾਂ ਨੇ ਇੱਥੇ ਤੱਕ ਵੀ ਆ ਵੀ ਤੁਸੀਂ ਹਰੇਕ ਸਾਡੀ ਕਾਲ ਵੀ ਰਿਕਾਰਡ ਕਰਦੇ ਹੋ ਐਮਐਲਏ ਸਾਹਿਬ ਵੀ ਕਾਲ ਵੀ ਰਿਕਾਰਡ ਕਰਦੇ ਹੋ ਉਹ ਕਹਿੰਦੇ ਹਾਂਜੀ ਇਹ ਤਾਂ ਸਾਡਾ ਕੰਮ ਹੈਗਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਤੁਹਾਡੇ ਪੀਏ ਦੀ ਵੀ ਜਿਹੜੀ ਕਾਲ ਆਈ ਸੀ ਮੈਂ ਰਿਕਾਰਡ ਕੀਤੀ ਹੋਈ ਆ ਉਹ ਸੁਣਾਤੀ ਉਹਨੇ ਨਾਲ ਦੀ ਨਾਲ ਹੀ ਵੀ ਆ ਸੁਣ ਲਿਓ ਉਹ ਕਹਿੰਦੇ ਫਿਰ ਤੁਸੀਂ ਮੇਰਾ ਵੀ ਰਿਕਾਰਡ ਕਰ ਲਓ ਜਿਹੜਾ ਮੈਂ ਬੋਲ ਰਹੀ ਆ ਤੇ ਐਮਐਲਏ ਸਾਹਿਬ ਦਾ ਕਹਿੰਦੇ ਇਹ ਸਾਡਾ ਕੰਮ ਹੈਗਾ ਜੀ ਬੜੀ ਸੀਰੀਅਸ ਗੱਲ ਹੈਗੀ ਐ ਵੀਕ ਜਿਹੜਾ ਜਵਾਬ ਦੇ ਹੈਗਾ 2 ਲੱਖ ਲੋਕਾਂ ਦਾ ਰੈਪਰੈਜ਼ੈਂਟੇਟਿਵ ਹੈਗਾ ਔਰ ਇੱਕ ਇਨਸਪੈਕਟਰ ਲੈਵਲ ਦੇ ਦੀ ਐਡੀ ਹਿੰਮਤ ਹੋਵੇ ਔਰ ਸ਼ਹਿਰ ਚ ਦੋ ਤਿੰਨ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਸਹਿਬਾਨ ਆ ਉਹਨਾਂ ਦੇ ਪ੍ਰਤੀ ਦੋ ਤਿੰਨ ਇਨਸੀਡੈਂਟ ਹੋਏ ਆ ਜਿਹਦੇ ਵਾਸਤੇ ਉਹਦਾ ਬਤੀਰਾ ਬਹੁਤ ਮਾੜਾ ਸੀ ਮੈਂ ਐਸਐਸਪੀ ਸਾਹਿਬ ਦੇ ਧਿਆਨ ਚ ਲਾਇਆ ਇਹ ਮੈਂ ਕਿ ਬੜੀ ਸੀਰੀਅਸ ਗੱਲ ਹੈਗੀ ਐਸਐਸਪੀ ਸਾਹਿਬ ਇਹਨੂੰ ਸੀਰੀਅਸਲੀ ਲਓ ਉਹ ਗੱਲ ਹੋ ਗਈ ਉਸ ਤੋਂ ਬਾਅਦ ਫੇਰ ਮੈਨੂੰ ਇੱਕ ਪ੍ਰੋਗਰਾਮ ਚ ਐਸਐਸਪੀ ਸਾਹਿਬ ਮਿਲੇ ਵੀ ਐਕਸ਼ਨ ਤੁਹਾਡਾ ਕੁਝ ਹੋਇਆ ਨਹੀਂ ਸੋ ਇਹ ਕਿ ਗਰਿਵੈਂਸਸ ਕਮੇਟੀ ਜਿੱਥੇ ਹੁੰਦੀ ਹੈ ਪਲੇਟਫਾਰਮ ਇਸ ਤਰ੍ਹਾਂ ਦਾ ਜੀ ਜਿੱਥੇ ਅਸੀਂ ਇਹ ਮਸਲੇ ਰੱਖਣੇ ਹੁੰਦੇ ਆ ਉੱਥੇ ਰੱਖਿਆ ਹੋਰ ਵੀ ਸਾਡੇ ਸੀਆਈਏ ਰਾਜਪੁਰਾ ਦਾ ਇੰਚਾਰਜ ਆ ਉਹਦੇ ਪ੍ਰਤੀ ਵੀ ਬੜਾ ਵੱਡਾ ਇੱਕ ਗੱਲ ਸੀ ਡਰਗ ਦੇ ਮਸਲੇ 'ਚ ਇੱਥੇ ਵੀ ਕਈ ਗੱਲਾਂ ਸੀ ਅਸੀਂ ਇਹ ਗੱਲਾਂ ਰੱਖੀਆਂ ਪਰ ਹੁਣ ਸਮਝੋ ਕਿ ਸੌਟ ਆਊਟ ਹੋ ਗਿਆ ਉਹਦੀ ਬਦਲੀ ਹੋ ਗਈ ਹੈ ਇੱਥੇ ਤੋਂ ਤਾਂ ਮੈਂ ਜ਼ਰੂਰ ਉਮੀਦ ਕਰਦਾ ਕੋਈ ਅੱਛਾ ਅਫਸਰ ਆ ਕੇ ਜੋ ਲੋਕਾਂ ਨਾਲ ਇਨਸਾਫ ਕਰ ਸਕੇ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪਟਿਆਲੇ 'ਚ ਬੜਾ ਅੱਛਾ ਐਡਮਿਨਿਸਟ੍ਰੇਸ਼ਨ ਚੱਲ ਰਿਹਾ ਸਾਡੇ ਟੀਸੀ ਪਟਿਆਲਾ ਐਸਐਸਪੀ ਪਟਿਆਲਾ ਬੜੇ ਅੱਛੇ ਆਫੀਸਰ ਨੇ ਬੜੇ ਕਾਬਲ ਅਫਸਰ ਨੇ ਕੋਈ ਇਸ ਤਰ੍ਹਾਂ ਦੀ ਗੱਲ ਹੀ ਕਈ ਵਾਰੀ ਇਸ ਤਰ੍ਹਾਂ ਦੇ ਅਫਸਰ ਆ ਜਾਂਦੇ ਨੇ ਜਿਹੜੇ ਅਨਟ੍ਰੇਨਡ ਹੈਗੇ ਆ ਜਿਨ੍ਹਾਂ ਦਾ ਵਤੀਰਾ ਲੋਕਾਂ ਪ੍ਰਤੀ ਠੀਕ ਨਹੀਂ ਤਾਂ ਸਾਡੀ ਡਿਊਟੀ ਬਣਦੀ ਹੈ ਕਿ ਇਹਨਾਂ ਨੂੰ ਅਸੀਂ ਸਿੱਧੇ ਰਸਤੇ ਪਾਈਏ ਠੀਕ ਥੈਂਕ ਯੂ ਥੈਂਕ ਯੂ ਰਗਾ ਸਪੈਸ਼ਲ ਕਿਹਦਾ ਕਰਕੇ ਜੇ ਕਿਤੇ ਦਿੱਕਤ ਆਈ ਫਿਰ ਦੱਸ ਦਿਓ ਆ ਬੱਸ ਨਾਲ ਇਧਰ ਹਾਂਸ ਕੇ ਕਹਿੰਦਾ ਕਿ ਕਹਿੰਦਾ ਹੈਗਾ ਠੀਕ ਹੈ ਕੈਮਰਾਮੈਨ ਬਾਲਸਨ ਘਰਗਦੇ ਨਾਲ ਪਰਸੋਤਮ ਕੋ ਸਿਕ ਸਮਾਨਾ ਨੂੰ